السلام علیکم کیا حال ہے جی ٹھیک ہو طبیعت سی ٹھیک ہے میں فخر ہے تسنے دی یوٹیوب چینل ڈیلی بلاگ ود موسی اج دی ویڈیو کرے سن جلدی جلدی سٹارٹ نو گپ شپ ویڈیو کرے سٹارٹ لیکن ان دو پہلے کر سو میرا چینل سبسکرائب نہیں کیتا سبسکرائب کرنیو تے تل موجود گھنٹی دے نشان کو بھی دباک ہینو تے کرنے ویڈیو کو سٹارٹ جی اج اساں ونے پے ایک بہت ہی سپیشل جگہ ایک ہسٹوریکل پلیس ہے چلو سارے چلو تھو کو بھی دکھاینے دے سارے لبنے ਜੀਦਾ ਫਾਈਨਲੀ ਅਸਾਂ ਪਹੁੰਚਾਏ ਤੋ ਮੇਰੇ ਪਿੱਛੂ ਅਗਰ ਨਜ਼ਰ ਆਂਦਾ ਪਿਆ ਹੋਵੇ ਇਹ ਦੇਖੋ ਇਹ ਜੀ ਜ ਸਾਹਮਣਾ ਹੈ ਇਹ ਸਰਸਾਦਿਕ ਪੈਲੇਸ ਜਿਹੜੇ ਨਵਾਬ ਸਰਸਾਦਿਕ ਮੁਹੰਮਦ ਖਾਨ ਅਬਾਸੀ ਹੈ ਇਹ ਜੀ ਉਹਨਾਂ ਦਾ ਪੈਲੇਸ ਹੈ ਮਹਿਲ ਹੈ ਦਰਬਾਰ ਹੈ ਤੇ ਇਸਕੇ ਅਸਾਂ ਆਏ ਖੜੇ ਕੋਈ 100 ਕਿਲੋਮੀਟਰ ਸਫਰਾਈ ਸਾਡੇ ਘਰ ਕੋ ਉਹ ਸਫਰ ਅਸਾਂ ਕੀਤਾ ਹੈ ਇੱਥੇ ਕਿ ਰਾਹ ਗਏ ਆਂ ਦੇ ਤੋ ਕੁ ਵਿਜ਼ਿਟ ਕਰਵੈ ਨੇ ਇਹ ਤਾਂ ਕੁ ਬਾਹਰੋਂ ਵੀ ਲਿਖੇ ਨੇ ਅੰਦਰ ਵਿਜ਼ਿਟ ਵੀ ਕਰਵੈ اے ਜੀ ਤੁਸੀਂ ਆਗਰ ਦੇਖ ਸਕੋ ਤਾਂ ਬਹੁ ਹੀ ਵੱਡੇ ਜਿਹੜੇ ਨਾ ਹੋਣ ਬਹੁ ਵੱਡੇ ਦਰਵਾਜ਼ਾ ਇਹਦਾ ਮੇਨ ਜਿਹੜਾ ਦਰਵਾਜ਼ਾ ਹੈ ਉਹਦੇ ਬਾਅਦ ਇਹ ਦੀਵਾਰਾਂ ਨੇ ਜਾਂ ਕਾਫੀ ਵੱਡੀਆਂ ਵੱਡੀਆਂ ਤੇ ਇਹ ਜਿਹੜੇ ਸਾਹਮਣੇ ਇਹ ਕਾਫੀ ਹਿਸਟੋਰੀਕਲ ਪਲੇਸ ਹੈ ਜ਼ਬਰਦਸਤ ਬਹੁ ਹੁਣ ਜੀ ਚਲਦੇ ਆਂ ਅੰਦਰ ਦੇ ਥਾਕੂ ਅੰਦਰ ਦਾ ਵਿਜ਼ਿਟ ਵੀ ਕਰਵੈਨੀ ਆ ਸਾਰਾ ਜਰਾ ਪਹਿਲੇ ਸ ਇਹਨਾਂ ਦਾ ਤੇ ਜੀ ਮੈਂ ਹੀ ਪਹਿਲੇ ਸ ਜਰਾ ਐਂਟਰ ਥੀ ਚੁਕਾ ਏ ਹੈ ਜੀ ਇੰਦੀ ਐਂਟਰੈਂਸ ਦਾ ਲੈਵਲ ਇੰ ਜਗ੍ਹਾ ਕੋ ਤੁਸੀਂ ਦੇਖ ਤੇ ਦੇਖੋ ਇਹ ਜਰਾ ਮਤਲਬ ਕਿ ਪੈਲੈਸ ਬਣਾਇਆ ਗਿਆ ਇਹ ਪੈਲੈਸ 1800 ਕੁਝ ਸਾਲਜ ਬਣਾਇਆ ਗਿਆ ਤੇ ਦੇਖੋ ਲੋਗਾ ਉਂ ਟਾਈਮ ਕਿਆ ਜੋ ਮਿਹਨਤ ਕੀਤੀ ਹੋਸੀ ਉਂ ਟਾਈਮ ਜੋ ਇਸਕੇ ਨਵਾਬ ਸਹਿਬਾਨ ਰਹਦੇ ਹੈ ਤੇ ਇਹ ਉਹਨਾਂ ਦਾ ਜਿਹੜਾ ਮਤਲਬ ਕਿ ਟੋਟਲ ਜਿਹੜਾ ਰਹਿਣ ਸਹਿ ਨਹੀਂ ਏ ਜੀ 1942 ਵਿੱਚ ਜਿਹੜੇ ਪਾਕਿਸਤਾਨ ਕੈਨ ਹੀ ਬਣਨ ਨਵਾਬ ਸਰ ਸਾਦਕ ਮੁਹੰਮਦ ਖਾਨ ਅਬਾਸੀ ਜਿਹੜਾ ਕਹਦੇ ਆ ਮੁਹੰਮਦ ਅਲੀ ਜਨਾ ਕੋ ਖਤ ਲਿਖਦੇ ਭੇਜਾ ਕਿ ਤੁਹਾਡਾ ਪਾਕਿਸਤਾਨ ਬਣਦਾ ਹੈ ਜਾਂ ਨਹੀਂ ਬਣਦਾ ਇਹ ਮੇਰੀ ਜਿਹੜੀ ਸਟੇਟ ਹੈ ਰਿਆਸਤ ਬਹਾਵਲਪੁਰ ਹੈ ਤੁਸੀਂ ਇਹ ਕੋ ਆਪ ਦਾ ਪਾਕਿਸਤਾਨ ਬਣਾ ਸਕਦੇ ਹੋ ਤੁਸੀਂ ਇਹ ਕੋ ਆਪ ਦੇ ਪਾਕਿਸਤਾਨ ਦੇ ਤੌਰ ਤੇ ਯੂਜ਼ ਕਰ ਸਕਦੇ ਹੋ ਦੇ ਇਹਦੇ ਬਾਅਦ ਡੁੱਜੀ ਫੇਮਸ ਗੱਲ ਮਸ਼ਹੂਰ ਹੈ ਕਿ ਜਦ ਨਵਾਂ ਨਵਾਂ ਪਾਕਿਸਤਾਨ ਕਾਇਮ ਵਿੱਚ ਆਇਆ ਇਹ ਦਾ ਜਿਹੜੇ ਕਾਇਦ ਆਜ਼ਮ ਜਿਹੜੇ ਆਪ ਦੀ ਹਲਫ਼ ਬਰਦਾਰੀ ਵਾਸਤੇ ਗਿਆ ਉਹਨਾਂ ਕੋਲ ਵੰਜਨ ਕੀਤੇ ਗੱਡੀ ਕਿਆ ਨਹੀਂ ਦੇ ਨਵਾਬ ਸਰ ਸਾਦਕ ਮੁਹੰਮਦ ਖਾਨ ਅਬਾਸੀ ਜਿਹੜੇ ਆਪ ਦੀ ਰਾਇਲ ਰਾਈਸ ਭਜਵਾਈ ਆਈ ਕਾਇਦ ਆਜ਼ਮ ਮੁਹੰਮਦ ਅਲੀ ਜਨਾਹ ਨੂੰ ਕਿ ਤੁਸੀਂ ਇਨੀ ਗੱਡੀ ਦੇ ਵਾਹnde ਹਲਫ਼ ਬਰਦਾਰੀ ਵਾਸਤੇ ਵੰਜੋ ਦੇ ਇਲਾਵਾ ਇੱਕ ਬੜੀ ਉਜ਼ੀਮੁਸ਼ਾਨ ਇੱਕ ਬਈ ਜਿਹੜਾ ਜ਼ਿਕਰ ਕੀਤਾ ਵਹਿੰਦੇ ਉਹ ਇਹ ਹੈ ਕਿ ਜਲੇ ਪਾਕਿਸਤਾਨ ਦੀ ਕਰੰਸੀ ਵੜਨ ਦੇ ਚਾਈ ਰੁਪਈਆ ਦਾ ਉਨ ਟਾਈਮ ਸਰਸਾਦਿਕ ਮੁਹੰਮਦ ਖਾਨ ਅਬਾਸੀ ਜਿਹੜਾ ਮੰਨ ਦੇ ਹਿਸਾਬ ਨਾਲ ਜਿਹੜਾ ਨਾ ਸੋਨਾ ਜਿਹੜਾ ਉਹ ਜ਼ਮਾਨਤ ਦੇ ਤੌਰ ਤੇ ਦਿੱਤਾ ਕਿ ਪਾਕਿਸਤਾਨ ਨੇ ਜਿਹੜੀ ਕਰੰਸੀ ਹੈ ਉਹਨੂੰ ਮਨਜ਼ੂਰ ਕੀਤਾ ਵੰਜੇ ਇਹ ਸਾਹਮਣੇ ਜੀ ਹੈ ਉਹਨਾਂ ਦਾ ਪੈਲਸ ਤੱਕ ਵੇਨੇ ਦਾ ਵਿਜ਼ਿਟ ਕਰਵੈਨੇ ਦਿੱਤਾ ਕੋ ਅੰਦਰ ਸਾਰਾ ਲਿਖੇ ਨੇ ਆ सारे महल को पैलेस को देखते देखो अगर नाइन एटीन एटी एट एटीन एट, एटी नाइनटी के दौर पैलेसा बनाया गया उन टाइम में कितना मतलब के ज़्यादा एफर्ट की थी ये है और आप अंदर एंटर थी नहीं अंदर तो मैं लिखे ना जो ही मैं पोर्ट एंटर थी सामने जो मारबल द टाइल प मबल ला ये सारे जो मार्बल हाली तक साफ सुथरा शानदार भी है इतने स्मेल जरे न, आमान के के ना आव शुरू थे कबूतर वगैरह दी ना सामने अगर तक नज़र आएगा सादिक गढ़ पैलेस जरा नवाब साहब इन कुछ लॉक किया गया अंदर कोई एंट्रेंस नहीं कर सकता ये जी हूँ इतू कि देख इतना मतलब के बंदे को लगता है ऊन दौर इतना मतलब के ब्यूटीफुल महल दरबार बहु ही कमाल शानदार शाहकार है इधर इतना ये तो कुछ सीढ़ियाँ नजर सीढ़ियाँ बाद चलाई गई पैसे दिया कह नहीं क्योंकि सारे दरवाजे जो तो लॉक किए गए निका सकड़ी जी ऊं दौड़ी लकड़ी अज तक बिल्कुल ज़बरदस्त खड़ी है ये जी अंदर का माहौल ही है अंदर तक तो अगर नजर आवे देखो फरशों इतना भी मार्बल लाया गया है हली तक मार्बल है ये जी सारा कोरिडोर है और बहुत ही जबरदस्त जरा मार्बल लाया गया है ਦੇ ਉੱਤੇ ਜਿਹੜੇ ਇਹ ਹੁਣ ਛੱਤੇ ਪਤਾ ਨਹੀਂ ਲੋਹੇ ਜਾਂ ਇਟਨ ਇਹ ਲੋਹੇ ਜਾਂ ਲੱਕੜੀ ਦਾ ਸਮਾਨ ਲekin ਬਹੁ ਹੀ ਜ਼ਬਰਦਸਤ ਜਿਹੜਾ ਕੀਤਾ ਗਿਆ ਇਥੂ ਵੀਰੂ ਦੇਖੋ ਦਾ ਬਹੁ ਹੀ ਸ਼ਾਹੀ ਤਰੀਕੇ ਨਾਲ ਮਤਲਬ ਕਿ ਉਹ ਬਣਾਇਆ ਕਿ ਸ਼ਾਹੀ ਤਰੀਕੇ ਨਾਲ ਬਣਾ ਜਰਾ ਇਥੂ ਵਾਝ ਸਕਦਾ ਹੈ ਜਿੰਨਾ ਹੀ ਮਤਲਬ ਕਿ ਪੈਲਸ ਉਤਨਾ ਤਕ ਉੱਤੇ ਨਜ਼ਰ ਆਦਾ ਪੈਣਾ ਉਤਨਾ ਹੀ ਤੱਲੇ ਬਣਾਇਆ ਗਿਆ ਹੈ ਤੱਲੇ ਜਿਹੜੇ ਸਾਰੀਆਂ ਸੁਲੰਗੀਆਂ ਇਹ ਤੁਹਾਨੂੰ ਨਜ਼ਰ ਆਉਂਦੀਆਂ ਪਈ ਉਸੇ ਤੱਲੇ ਸਾਰਾ ਮਤਲਬ ਕਿ ਪੈਲੈਸ ਜਿੰਨਾ ਉੱਤੇ ਹੈ ਓਨਾ ਹੀ ਤੱਲੇ ਬਣਾਇਆ ਗਿਆ ਹੈ ਦੇ ਸੁਣਨ ਇਹ ਵੀ ਆਂਦਾ ਹੈ ਕਿ ਨਵਾਬ ਸਾਹਿਬ ਦੇ ਉਹਨਾਂ ਦੀ ਜਿਹੜੀ ਫੈਮਿਲੀ ਹੈ ਨਵਾਬ ਸਰ ਸਾਦਕ ਮੁਹੰਮਦ ਅਬਾਸੀ ਪੰਜਮ ਉਹ ਦੇ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹ ਜਿਹੜੇ ਮਤਲਬ ਕਿ ਅਗਰ ਸਫ਼ਰ ਕਰਦੇ ਆਂਦੇ ਹੈ ਬਹਾਵਲਪੁਰ ਸਤਕਾਬਾਦ ਜਾਂ ਮਤਲਬ ਕਿ ਰੌਂਡ ਅਬਾਡਲ ਨੂੰ ਸਫ਼ਰ ਕਰਨਾ ਹੁੰਦਾ ਉਹ ਬੈ ਰੋਡ ਸਫ਼ਰ ਕਹਿਣਾ ਕਰਦੇ ਹੈ ਬਲਕਿ ਉਹਨਾਂ ਦੇ ਤੱਲੇ ਹੀ ਸੁਰੰਗਾਂ ਬਣੀਆਂ ਹੋਈਆਂ ਹਨ ਬਾਈ ਟ੍ਰੇਨ ਪਰਸਨਲ ਟ੍ਰੇਨ ਸ਼ਾਹੀ ਟ੍ਰੇਨ ਦੇ ਜ਼ਰੀਏ ਮਤਲਬ ਉਹ ਸਫ਼ਰ ਕਰਦੇ ਆ ਤੱਲੂ ਅੱਜ ਦੇਖੋ ਸਾਰਾ ਜਿਹੜਾ ਵਿਰਾਨ ਥੀ ਚੁੱਕਾ ਹੈ ਇਨਸਾਨ ਦੁਨੀਆ ਚ ਆਂਦਾ ਇਨਸਾਨ ਤਨੀ ਸਿਰਫ ਪੈਸੇ ਦੇ ਪਿੱਛੇ ਭੱਜ ਭੱਜ ਦੇ ਪੈਸਾ ਪੈਸਾ ਦੇਖੋ ਉਹ ਨਵਾਬ ਜਿਹੜੇ ਉਹ ਦੌਰ ਚ ਇਸ ਸਮੇਂ ਮਹੱਲੇ ਚ ਰਹਿੰਦੇ ਆ ਅੱਜ ਉਹਨਾਂ ਦਾ ਕੀ ਕੁਝ ਵੀ ਨਹੀਂ ਰਿਹਾ ਸਭ ਕੁਝ ਛੋੜ ਛਾੜ ਕੇ ਜਿਹੜੇ ਨੌਚਲ ਖਾਲੀ ਹੱਥ ਸੁੱਤੇ ਪੈਣ ਇੱਥੂ ਤੁਸੀਂ ਮਤਲਬ ਦਿਖਾ ਸਕਾਂ ਦੇਖੋ ਬਹੁ ਹੀ ਜ਼ਬਰਦਸਤ ਪੈਲਸ ਐਂਟਰਸ ਸੇ ਸਾਕੂ ਬੰਦੇ ਰਸੇ ਕਿ ਇਹ ਪਹਿਲੇ ਸੇ ਘੱਟ ਸੇ ਘੱਟ 300 ਤੋਂ 350 ਕਮਰੇ ਹਨ 300 ਤੋਂ 350 ਕਮਰੇ फ्रंट साइड तो मैं मेरी ख्याई यी उनकी बैक साइड है फ्रंट साइड तो बंदा तू बंद आई मारी स बैक साइड तो भी कोरीडोर है तो सही तथु भी एंटर थी सिर्फ़ एक भूत बंगला लगता पी है लेकिन जिमें एक तारीखी विरसा आई एक कुछ संभालना चाहिए लोगों को लेकिन लोग जो कुछ संभाला क्या नहीं ਹੁੰਦੀ ਸਾਰੀ ਸਾਈਡ ਮਤਲਬ ਕਿ ਪਰਲੀ ਸਾਈਡ ਸੇਮ ਇਵੇਂ ਆਈ ਜਿਵੇਂ ਹੁਣ ਨੈਕਸਟ ਸਾਈਡ ਤੇ ਮੈਂ ਘੁੰਮਦੇ ਆ ਚੁੱਕਾ ਇਹ ਜਿੱਤਲੇ ਵੰਜਾ ਦਾ ਰਸਤਾ ਹੈ ਜਿੱਥੋਂ ਕੀ ਰੋ ਨਵਾਬ ਸਾਹਿਬ ਦੇ ਉਹਨਾਂ ਦੀ ਫੈਮਿਲੀ ਜਿੱਤਲੇ ਯੂਜ਼ ਕਰਦੇ ਆ ਇਹ ਕੋ ਵੀ ਫਿਲਹਾਲ ਇਹਨਾਂ ਲੌਕ ਕਰਦੇ ਰੱਖਾ ਹੈ ਜਿਤਨੇ ਹੀ ਪੈਲੇਸ ਤੇ ਉਤਨੇ ਉਤੇ ਕਮਰੇ ਉਤਨੇ ਹੀ ਪੈਲੇਸ ਤੇ ਤੁਕਲੇਗੇ ਕਮਰੇ ਵਿਲਸਨ ਇਹ ਦੇਖੋ ਉਹ ਟਾਈਮ ਜਿਹੜਾ ਇਹ ਪਾਈਪ ਯੂਜ਼ ਕੀਤੇ ਗਏ ਪਾਣੀ ਵਾਸਤੇ ਤੇ ਸੇਵਰੇਜ ਦੇ ਸਿਸਟਮ ਵਾਸਤੇ ਅੱਜ ਤੱਕ ਜਿਹੜੇ ਉਹ ਉਵੇਂ ਬਿਲਕੁਲ ਉਵੇਂ ਦੇ ਉਵੇਂ ਮੌਜੂਦ ਹਨ ਤਾਂ ਕੋ ਮੈਂ ਅਗਰ ਅੰਦਰ ਦਿਖਾ ਸਕਾਂ ਬਾਹਰ ਉਹ ਲੋ ਕੇ ਅੰਦਰ ਮੈਂ ਤੁਹਾਨੂੰ ਦਿਖਾ ਸਕਾਂ ਤਾਂ ਇਹ ਪਤਾ ਨਹੀਂ ਕਿਹੜੀ ਚੀਜ਼ ਦੇ ਮਸ਼ੀਨਰੀਆਂ ਜਿਹੜੇ ਨੇ ਇਹ ਵੀ ਉਹ ਲਾਇਆ ਹਨ ਸ਼ਾਇਦ ਇਹ ਗੀਜ਼ਰ ਵਗੈਰਾ ਜਿਹੜੇ ਨੇ ਉਹ ਸਾਹਮਣੇ ਤੋਂ ਜਿਹੜਾ ਨਜ਼ਰ ਆਉਂਦਾ ਪਿਆ ਉਹ ਪਾਣੀ ਦਾ ਗੀਜ਼ਰ ਹੈ ਉਹ ਦੇਖੋ ਹੁਣ 1940 41 ਉਦਾਹਨ ਜੀ ਉਹਨੇ ਲੋਹੇ ਦੀ ਕੰਡੀਸ਼ਨ ਚੈੱਕ ਕਰੋ ਅਜਰ ਤੱਕ ਬਿਲਕੁਲ ਠੀਕ ਠਾਕ ਖੜਾ ਹੋਇਆ ਏ ਵੀ ਸੁਣਨ ਚਾਹੁੰਦਾ ਕਿ ਨਵਾਬ ਸਾਹਿਬ ਜਿਹੜਨ ਉਹ ਦੌਰੇ ਹਰ ਚੀਜ਼ ਜਿਹੜੀ ਆਪਦੇ ਪੈਲੇਸ ਵਾਸਤੇ ਜਿਹੜਾ ਉਹ ਇੰਗਲੈਂਡ ਚੋਂ ਜਿਹੜਾ ਉਹ ਇੰਪੋਰਟ ਕਰਵੰਦੇ ਆ ਇਥੇ ਕਿ ਦੁਬਾਰਾ ਜਿਹੜਾ ਇੱਕ ਤੱਲੇ ਪਹਿਲੇ ਸੇ ਜੁਆਇੰਦਾ ਪਹਿਲੇ ਤੱਲੇ ਜਿਹੜੇ ਸੁਰੰਗਾ ਉਹਨਾ ਬਣਾਇਆ ਹਨ ਜਿੱਥੋਂ ਨਵਾਬ ਸਰ ਸਾਦਕ ਮੁਹੰਮਦ ਖਾਨ ਅਬਾਸੀ ਆਫ ਬਹਾਵਲਪੁਰ ਦੇ ਉਹਨਾਂ ਦੀ ਫੈਮਿਲੀ ਜਿਹੜਾ ਹੈ ਉਹ ਸਫ਼ਰ ਕਰੇਂਦੀ ਹੈ ਟ੍ਰੇਨ ਦੇ ਇਹ ਸੁਰੰਗ ਉਨਾਈਆਂ ਜਾਂਦੀ ਪਈ ਹੈ ਤੇ ਇਹ ਵੀ ਦੱਸਾਂ ਮੈਂ ਕਿ ਨਵਾਬ ਸਾਹਿਬ 사दिक ਮੁਹੰਮਦ ਖਾਨ ਅਬਾਸੀ ਜਰੇ ਮਤਲਬ ਕਿ ਆਪ ਦੇ ਖਜ਼ਾਨੇ ਹੈ ਜਾਂ ਜੋ ਆਪ ਦੀ ਮਤਲਬ ਕਿ ਕੀਮਤੀ ਜ਼ਿਵਰਾਤ اشیاء ਜਿਹੜਨ ਉਹ ਆਪ ਦੇ ਮਤਲਬ ਕਿ ਇਹ ਨਹੀਂ ਪਹਿਲੇ ਸੱਚਲੇ ਰੱਖਦੇ ਹੁੰਦੇ ਹੈ ਇਹ ਜੀ ਪਾਣੀ ਦਾ ਪਾਣੀ ਦਾ ਨਿਜ਼ਾਮ ਇੱਥੋਂ ਕਿ ਰੂਏ ਇਹ ਹੁਣ ਦੇਖੋ ਇਹ ਜਿਵੇਂ ਮੈਂ ਦੇ ਕਰੀਬ ਆਇਆ ਤੇ ਬਹੁ ਹੀ ਠੰਡਕ ਮੱਕੂ ਆਈ ਹੈ ਬਹੁਤ ਜ਼ਿਆਦਾ ਠੰਡਕ ਫੀਲ થઈ ਹੈ ਤੱਲੇ ਵੀ ਉਹਨਾਂ ਮਾਰਬਲ ਲਾ ਦੇ ਰੱਖਾ ਹੈ ਤੱਲੇ ਜਿਹੜੇ ਰਸਟ੍ਰਾਂਗ ਹੈ ਤੇ ਅੰਦਰ ਕਮਰਨ ਇੱਕ ਕਮਰਾ ਜਿਹੜਾ ਹੈ ਤੱਲੇ ਤਹਿ ਖਾਨੇ ਦੇ ਵਿੱਚ ਇੰਦੇ ਵਿੱਚ ਵੀ ਤੱਲੇ ਉਹਨਾਂ ਜਿਹੜਾ ਸਾਰਾ ਮਾਰਬਲ ਦੇ ਟੈਲ ਲਾਇਆ ਹੈ ਲੇਕਿਨ ਉੱਤੇ ਜਾ ਕਮਰੇ ਉਹ ਫਿਲਹਾਲ ਟੁੱਟ-ਪੁੱਟ ਦਾ ਸ਼ਿਕਾਰ ਹੈ ਇਹ ਸਾਰੀ ਚੀਜ਼ਾਂ ਨੂੰ ਦੇਖਣ ਦੇ ਬਾਅਦ मेरे दिमाग एक सवाल आंदा है कि खा गई म, जमीन इंसान कैसे कैसे या खा गई मट्टी इंसान कैसे कैसे ऊन टाइम देखो इतनी शाही जिंदगी गुजारन आए जो लोग ये नहीं चाहते कि साड़िया फैमिली जो रोड से सफर करें उन्हों उन्ह सफर करवाने वास्ते एक डिफरेंट पाथ बना देते सुरंगा च उन्होंने फैमिली जन सफर करना एकदा इनका मेन परपज़ ये भी है कि जो फैमिलीज अगर मतलब कि जो दौरे जंगा थी ज सिक्योरिटी तौर पर भी उन्होंने यूज़ किया ई नवाब सरसाद मुहम्मद ख़ान अब्बासी पैलेस को रेख से लगता है कि उन्हें इत मतलब कि जिंदगी उस समय शहाना शानदार जिंदगी गुजारी हो सी ये सामने तक जो नजर आता है पर इत के रो सामने परो आए बहर इत रो आए मतलब के लोगों को मतलब के जो मतलब कि खिताब हों वो करें करेंगे दे। है दे वैसे भी शाम के टाइम जो सुना नहीं चाहे दे मतलब के चाय शाय पीते एंटरटेन करेंदे है एट द एंड मैं सिर्फ इो लैसन दिसा दे कि देखो अगर इो समय इंसान छोड़ते चले गए उन्होंने को कुछ कह नहीं दा आप लोग क्या हैं ਦਾ ਆਪ ਦੀ ਆਖਰਤ ਦੇ ਫੋਕਸ ਕਰੋ ਦੇ ਇਹ ਦੁਨੀਆ ਜਿਹੜੀ ਇਹ ਦਾ ਆਰਜ਼ੀ ਚੀਜ਼ ਹੈ ਇੱਕ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਸਾਹਮਣੇ ਜਿਹੜਾ ਨਵਾਬ ਸਰ ਸਾਦਿਕ ਮੁਹੰਮਦ ਖਾਨ ਅਬਾਸੀ ਆਪ ਦੀ ਪੈਲੇਸ ਦੇ ਅੰਦਰ ਜਿਹੜਾ ਲੋਹਾ ਇਸਤੇਮਾਲ ਕੀਤਾ ਤਾਂ ਕੋਈ ਛੱਤ ਤੇ ਨਜ਼ਰ ਆਉਂਦਾ ਪਿਆ ਸੀ ਇਹ ਲੋਹਾ ਉਹਨਾਂ ਜਿਹੜਾ ਇੰਗਲੈਂਡ ਚੋਂ ਇੰਪੋਰਟ ਕਰਵਾਇਆ ਆਈ पूरे पैलेस का लोहा जरा उन्हें इंग्लैंड चू इंपोर्ट करवाया ई टाइम भी देख सकते लोहे की कंडीशन बहुत ही ज्यादा लश और आई कंडीशन खड़ा है जी आगी जी आई वीडियो मैं मैकू फील थी कि आई जी वीडियो मैं बहुत ज्यादा सीरियस थी बनाई है क्योंकि इत इंसान को आपकी मौत याद आती है कि इहो समय लोग जिन्ना जिंदगी बहु शहाना गुजारी बहु इंजॉय करता जिंदगी नहीं रही है तो आप कितू दे अगर तक मेरी वीडियो पसंद आई है तो मेरे चैनल को जरूर सबसक्राइब कराए ਕਮੈਂਟ ਕਰਾਇਆ ਲਾਈਕ ਕਰਾਇਆ ਸ਼ੇਅਰ ਕਰਾਇਆ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਪੀਸ ਆਊਟ ਅੱਲਾਹ